ਖਬਰ ਕਰਤਾਰਪੁਰ ਤੋਂ ਤੁਸੀਂ ਦੇਖ ਰਹੇ BBC ਇੰਟਰਨੈਸ਼ਨਲ ਰੇਡੀਓ। ਮੈਂ ਕਾਲਾ ਕਟਾਰੀਆ। ਅੱਜ ਕਰਤਾਰਪੁਰ ਵਿਖੇ ਬਾਲਮੀ ਸੰਘਰਸ਼ ਮੋਰਚਾ ਪੰਜਾਬ ਵੱਲੋਂ ਭਗਵਾਨ ਬਾਲਮੀਕ ਜੀ ਦਾ ਦੂਸਰਾ ਸਾਲਾਨਾ ਸਤਸੰਗ ਕਰਵਾਇਆ ਗਿਆ। ਇਸ ਮੌਕੇ ਕੌਮੀ ਪ੍ਰਚਾਰਕ ਬਾਬਾ ਕਰਨੈਲ ਸਿੰਘ ਹਮਦਰਦ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜੀਵਨ ਸੱਭਰਵਾਲ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਸਨਮਾਨ ਕੀਤਾ। ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਬਾਲਮੀਕ ਸੰਘਰਸ਼ ਮੋਰਚਾ ਪੰਜਾਬ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਕੌਮਾਂ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ। ਉਹਨਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ, ਦੂਰ ਰੱਖੋ ਅਤੇ ਬਾਲਮੀਕ ਜੀ ਨੇ ਸਾਨੂੰ ਗੁਰੂ ਦੀ ਬਾਣੀ ਨਾਲ ਜੋੜਿਆ। ਆਓ ਦੇਖਦੇ ਹਾਂ। ਕੰਮ ਕਰ ਰਹੇ ਨੇ ਕਿਉਂਕਿ ਇਹੋ ਜਿਹੀਆਂ ਮਹਿਲਾਵਾਂ ਜਦੋਂ ਘਰ ਚੋਂ ਨਿਕਲਣਗੀਆਂ
ਨਹੀਂ ਆ ਕਦੇ ਜੈ ਭੀਮ ਜੈ ਭਾਰਤ। ਅੱਜ ਦੁਪਹਿਰ ਨੇ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਲਾਲ ਜੀ ਸੱਭਰਵਾਲ, ਜੋ ਕਰਤਾਰਪੁਰ ਮੰਡੀ ਮੱਲਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪਾਵਨ ਸਥਾਨਾਂ ਦੇ ਦੂਸਰਾ ਵਿਸ਼ਾਲ ਸਤਸੰਗ ਸਾਡੇ ਜੀਵਨ ਸੱਭਰਵਾਲ ਜੀ ਜਿਨ੍ਹਾਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿੱਥੇ ਦਾਸ ਨੇ ਅੱਜ ਸਤਸੰਗ ਦੇ ਵਿੱਚ ਹਾਜ਼ਰੀ ਭਰੀ ਆ। ਮੈਂ ਸਮੂਹ ਸੰਗਤਾਂ ਦਾ, ਸਮੂਹ ਅਹੁਦੇਦਾਰਾਂ ਦਾ, ਜੀਵਨ ਸੱਭਰਵਾਲ ਜੀ ਕਰਤਾਰਪੁਰ ਦੀਆਂ ਸੰਗਤਾਂ ਦਾ, ਸਮੂਹ ਇਲਾਕੇ ਤੋਂ ਪਿੰਡਾਂ ਤੋਂ ਸ਼ਹਿਰਾਂ ਆਈਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ, ਆਪਣੇ ਜੱਥੇ ਵੱਲੋਂ ਸਮੂਹ ਸੰਗਤਾਂ ਦਾ, ਪ੍ਰਧਾਨ ਸਾਹਿਬ ਸਮਾਜ ਸੇਵੀਆਂ ਦਾ, ਸਾਰੀਆਂ ਜਥੇਬੰਦੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ। ਮੇਰਾ ਨਵਾਂ ਸੌਂਗ ਬਾਬਾ ਸਾਹਿਬ ਮਹਾਰਾਜ ਜੀ ਦਾ ਆਇਆ ਸੀ, ਸੰਗਤਾਂ ਨੇ ਬੜਾ ਪਸੰਦ ਕੀਤਾ। ਮੈਂ ਦੋ ਬੋਲ ਉਹਦੇ ਕਹਿਣ ਜਾ ਰਿਹਾ, ਅਸੀਂ ਭੀਮ ਰਾਓ ਦੇ ਵਾਰਸਾਂ ਨਾ ਜ਼ੁਲਮ ਤੋਂ ਡਰਦੇ ਹਾਂ, ਅਸੀਂ ਬਾਬਾ ਸਾਹਿਬ ਦੇ ਪੁੱਤਰ ਵਾਨਾ ਜ਼ੁਲਮ ਤੋਂ ਡਰਦੇ ਹਾਂ, ਅਸੀਂ ਭੀਮ ਰਾਓ ਦੇ ਵਾਰਸਾਂ ਨਾ ਜ਼ੁਲਮ ਤੋਂ ਡਰਦੇ ਹਾਂ, ਕਦੇ ਦੁਮਾਇਆ ਵਕਤ ਨੇ ਸਾਨੂੰ ਮਨਵਾਦ ਦੀਆਂ ਸੋਚਾਂ ਨੇ, ਕਦੇ ਦੁਮਾਇਆ ਵਕਤ ਨੇ ਸਾਨੂੰ ਮਨਵਾਦ ਦੀਆਂ ਸੋਚਾਂ ਨੇ, ਪੜ੍ਹ ਲਿਖਣ ਦੇ ਹੱਥ ਸਾਨੂੰ ਸਾਡੇ ਤੇ ਲਾਈਆਂ ਰੋਕਾਂ ਨੇ, ਪੜ੍ਹ ਲਿਖਣ ਦੇ ਹੱਥ ਨਾ ਸਾਨੂੰ ਸਾਡੇ ਤੇ ਲਾਈਆਂ ਰੋਕਾਂ ਨੇ, ਹੁਣ ਕਲਮ ਭੀਮ ਦੀ ਤਾਕਤ, ਹੁਣ ਕਲਮ ਭੀਮ ਦੀ ਤਾਕਤ ਅਸੀਂ ਕਦੇ ਵੀ ਹਰਦੇ ਨਾ, ਅਸੀਂ ਭੀਮ ਰਾਓ ਦੇ ਵਾਰਸਾਨਾ ਜ਼ੁਲਮ ਤੋਂ ਡਰਦੇ ਹਾਂ, ਅਸੀਂ ਬਾਬਾ ਸਾਹਿਬ ਦੇ ਪੁੱਤਰ ਵਾਨਾ ਜ਼ੁਲਮ ਤੋਂ ਡਰਦੇ ਹਾਂ। ਸਾਡੇ ਨਾਲ ਜੁੜੇ ਹਨ ਪੰਜਾਬ ਪ੍ਰਧਾਨ ਸ੍ਰੀ ਰੋਸ਼ਨ ਲਾਲ ਜੀ ਸੱਭਰਵਾਲ, ਵਾਲਮੀਕ ਸੰਘਰਸ਼ ਮੋਰਚਾ। ਅੱਜ ਕਰਤਾਰਪੁਰ ਵਿਖੇ ਵਾਲਮੀਕ ਭਗਵਾਨ ਜੀ ਦਾ ਸਤਸੰਗ ਕਰਵਾਇਆ ਗਿਆ ਸੀ, ਵਿਸ਼ੇਸ਼ ਤੌਰ 'ਤੇ ਪਹੁੰਚੇ ਹਾਂ, ਕਰਦੇ ਉਹਨਾਂ ਦੇ ਨਾਲ ਗੱਲਬਾਤ। ਸੱਭਰਵਾਲ ਜੀ, ਅੱਜ ਵਾਲਮੀਕ ਭਗਵਾਨ ਜੀ ਦਾ ਸਤਸੰਗ ਕੀਤਾ ਗਿਆ ਸੀਗਾ, ਜਿਹਦੇ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋ, ਅਤੇ ਕੀ ਸੰਦੇਸ਼ ਦੇਣਾ ਚਾਹੁੰਦੇ ਸੰਗਤਾਂ ਨੂੰ? ਵਾਲਮੀਕ ਸੰਘਰਸ਼ ਮੋਰਚੇ ਵੱਲੋਂ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਜੀਵਨ ਸੱਭਰਵਾਲ ਜੀ, ਉਹਨਾਂ ਦੀ ਪੂਰੀ ਟੀਮ ਨੂੰ ਅੱਜ ਮੈਂ ਵਧਾਈ ਦਿੰਦਾ ਹਾਂ। ਅਤੇ ਦੂਸਰਾ ਵਿਸ਼ਾਲ ਸਤਸੰਗ ਭਗਵਾਨ ਵਾਲਮੀਕ ਜੀ ਦਾ ਕੀਤਾ ਗਿਆ, ਜਿਹਦੇ ਵਿੱਚ ਮੋਰਚੇ ਵੱਲੋਂ ਬਹੁਤ ਦੂਰੋਂ ਦੂਰੋਂ ਲੋਕਾਂ ਨੇ ਆ ਕੇ ਇੱਥੇ ਸ਼ਿਰਕਤ ਕੀਤੀ ਅਤੇ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਲਿਆ। ਜੋ ਅੱਜ ਸਤਸੰਗ ਕਰਵਾਇਆ ਗਿਆ ਵਾ, ਇਹ ਕਿਸ ਮਕਸਦ ਨੂੰ ਲੈ ਕਰਾਇਆ, ਕੀ ਸੰਦੇਸ਼ ਦੇਣਾ ਚਾਹੁੰਦੇ? ਸਾਡਾ ਸੰਦੇਸ਼ ਇਹੀ ਹੈ ਵਾਲਮੀਕ ਸੰਘਰਸ਼ ਮੋਰਚੇ ਦਾ, ਕਿ ਆਪਣੇ ਧਰਮ ਦੇ ਨਾਲ ਜੁੜੋ, ਹਰੇਕ ਧਰਮ ਦਾ ਸਤਿਕਾਰ ਕਰੋ। ਔਰ ਵਾਲਮੀਕ ਸੰਘਰਸ਼ ਮੋਰਚਾ ਇੱਕ ਥੀਮ ਲੈ ਕੇ ਚੱਲਿਆ ਹੋਇਆ ਵਾ ਕਿ ਦੱਬੇ ਕੁਚਲੇ ਲੋਕਾਂ ਦੇ ਨਾਲ ਖੜ੍ਹੇ ਹੋਣਾ, ਲੋਕਾਂ ਨੂੰ ਜਾਗਰਿਤ ਕਰਨਾ। ਅਗਰ ਕਿਸੇ ਗਰੀਬ ਬੰਦੇ ਦੇ ਨਾਲ ਕੋਈ ਧੱਕਾ ਹੁੰਦਾ ਵਾ ਤਾਂ ਵਾਲਮੀਕ ਸੰਘਰਸ਼ ਮੋਰਚਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ। ਵਾਲਮੀਕ ਸਮਾਜ ਦੇ ਗਰੀਬ ਲੋਕਾਂ ਦੀ, ਬੱਚਿਆਂ ਵਾਸਤੇ, ਉੱਚ ਸਿੱਖਿਆ ਵਾਸਤੇ ਕੀ ਉਪਰਾਲਾ ਕਰ ਰਿਹਾ ਤੁਹਾਡਾ ਮੋਰਚਾ? ਸਾਡੇ ਮੋਰਚੇ ਵੱਲੋਂ ਜਿਹੜੇ ਬੱਚੇ ਗਰੀਬ ਹੈ, ਕਿਤੇ ਵੀ ਪੰਜਾਬ ਦੇ ਵਿੱਚ ਉਹ ਅਗਰੋਂ ਪੜ੍ਹਨਾ ਚਾਹੁੰਦੇ ਆ ਜਾਂ ਸਾਡੀ ਮਦਦ ਲੈਣਾ ਚਾਹੁੰਦੇ ਆ, ਸਾਡੇ ਮੋਰਚੇ ਦੇ ਸਾਰੇ ਹੀ ਅਹੁਦੇਦਾਰ ਉਹਨਾਂ ਦੀ ਆਪਣੇ ਵੱਲੋਂ ਜਿੰਨੀ ਵੀ ਕਰ ਸਕਦੇ ਆ ਮਦਦ ਕਰਦੇ ਨੇ, ਕਰਦੇ ਆਏ ਹਾਂ ਅਤੇ ਕਰਦੇ ਰਹਾਂਗੇ। ਹਰ ਸਿਆਸੀ ਪਾਰਟੀ ਜਿਹੜੀ ਆ ਅੱਜ ਉਪ ਮੁੱਖ ਮੰਤਰੀ ਪੰਜਾਬ ਬਣਾਉਣਾ ਚਾਹੁੰਦੀ ਆ, ਉਸ 'ਤੇ ਕੀ ਕਹੋਗੇ? ਦੇਖੋ, ਸਾਡਾ ਅੱਜ ਵਿਸ਼ਾ ਸਤਸੰਗ ਦਾ ਵਾ, ਰਾਜਨੀਤੀ ਦਾ ਵਿਸ਼ਾ ਨਹੀਂ ਆ। ਜਦੋਂ ਰਾਜਨੀਤੀ ਦਾ ਵਿਸ਼ਾ ਆਵੇਗਾ
ਅਤੇ ਲੋਕਾਂ ਨੇ ਸੋਚਣਾ ਵਾ ਕਿ ਸੀ ਐੱਮ ਕਿਹਨੂੰ ਬਣਾਉਣਾ, ਕਿਹਨੂੰ ਨਹੀਂ ਬਣਾਉਣਾ। ਮੇਰੇ ਤੋਂ ਸਤਸੰਗ ਬਾਰੇ ਤੁਸੀਂ ਮੈਨੂੰ ਸਵਾਲ ਕਰੋ, ਰਾਜਨੀਤੀ ਬਾਰੇ ਨਾਲ ਸਵਾਲ ਕਰੋ, ਪਲੀਜ਼ ਮੇਰੀ ਰਿਕੁਐਸਟ ਹੈ ਤੁਹਾਨੂੰ। ਵਾਲਮੀਕ ਭਗਵਾਨ ਦਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਿਹੜਾ ਵਾ ਉਪਰਾਲਾ ਵਾ, ਉਹਨਾਂ ਦਾ ਮਿਸ਼ਨ ਤੁਸੀਂ ਘਰ ਘਰ ਪਹੁੰਚਾਉਣ ਤੱਕ ਕਿੰਨੇ ਕੁ ਕਾਮਯਾਬ ਰਹੇ ਹੋ? ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਹੱਥ ਵਿੱਚ ਕਲਮ ਹੈ, ਬਾਬਾ ਸਾਹਿਬ ਜੀ ਦੇ ਹੱਥ ਵਿੱਚ ਕਲਮ ਹੈ। ਜਿੰਨਾ ਚਿਕਰ ਅਸੀਂ ਹੱਥ ਵਿੱਚ ਕਲਮ ਨਹੀਂ ਫੜਦੇ, ਉਹਨਾਂ ਚਿਕਰ ਸਾਡੀ ਤਰੱਕੀ ਦੇ ਰਾਹ ਨਹੀਂ ਖੁੱਲ੍ਹ ਸਕਦੇ। ਕਿਉਂਕਿ ਭਗਵਾਨ ਵਾਲਮੀਕਿ ਮਹਾਰਾਜ ਨੇ ਸਾਨੂੰ ਇਹੀ ਦੱਸਿਆ ਵਾ ਕਿ ਪੜ੍ਹਾਈ ਕਰੋ, ਬਾਬਾ ਸਾਹਿਬ ਨੇ ਇਹੀ ਦੱਸਿਆ ਵਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਵੋ, ਫਿਰ ਆਪਾਂ ਤਰੱਕੀ ਦੇ ਰਾਹਾਂ 'ਤੇ ਚੱਲਾਂਗੇ। ਵਾਲਮੀਕ ਭਗਵਾਨ ਜੀ ਦਾ ਜਿਹੜਾ ਉਪਰਾਲਾ ਵਾ ਰਮਾਇਣ ਵਾ, ਉਹ ਬੱਚਿਆਂ ਨੂੰ ਤੁਸੀਂ ਸ਼ਿਕਸ਼ਿਤ ਕਰ ਰਹੇ ਹੋ, ਕਿਉਂਕਿ ਇਸ ਵੇਲੇ ਜਿਹੜਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ੍ਹ ਵਗ ਰਿਹਾ ਵਾ, ਕੀ ਸੰਦੇਸ਼ ਦਿਓਗੇ ਨੌਜਵਾਨਾਂ ਨੂੰ ਵੀ ਤੁਸੀਂ ਨਸ਼ਿਆਂ ਤੋਂ ਬਚਾਇਆ ਜਾ ਸਕੇ? ਉਸ ਅਸੀਂ ਹਮੇਸ਼ਾ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਮੀਟਿੰਗਾਂ ਕਰਦੇ ਹਾਂ, ਸਾਡਾ ਪਹਿਲਾ ਸੰਦੇਸ਼ ਇਹੀ ਹੁੰਦਾ ਵਾ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਵੋ, ਨਸ਼ਿਆਂ ਤੋਂ ਬਚਾਵੋ। ਅਗਰ ਕੋਈ ਨਸ਼ਾ ਤੁਹਾਡੇ ਪਿੰਡ ਵਿੱਚ ਸ਼ਹਿਰ ਵਿੱਚ ਵੇਚਦਾ ਵਾ, ਸਾਡੇ ਮੋਰਚੇ ਨਾਲ ਸੰਪਰਕ ਕਰੋ। ਅਸੀਂ ਜੋ ਸੀਨੀਅਰ ਪੁਲਿਸ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਲੋਕਾਂ ਨੂੰ ਦੱਸ ਪਾਵਾਂਗੇ। ਜੈ ਵਾਲਮੀਕਿ, ਹਰ ਹਰ ਵਾਲਮੀਕਿ।